ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਇਸ਼ਾਨਪ੍ਰੀਤ ਸਿੰਘ। ਅੱਜ ਮੈਂ ਤੁਹਾਨੂੰ ਤਿੰਨ ਟਾਈਪ ਦੇ ਸੈਂਡਵਿਚ ਬਣਾਉਣੇ ਸਿਖਾਵਾਂਗਾ, ਇੱਕ ਵੈਜੀਟੇਰੀਅਨ ਅਤੇ ਦੋ ਨੋਨ ਵੈਜੀਟੇਰੀਅਨ। ਵੈਜੀਟੇਰੀਅਨ ਦੇ ਵਿੱਚ ਮੈਂ ਤੁਹਾਨੂੰ ਸਿਖਾਵਾਂਗਾ ਕਿ ਚੀਜ਼ ਕੌਰਨ ਸੈਂਡਵਿਚ ਘਰੇ ਬੜੀ ਆਸਾਨੀ ਨਾਲ ਕਿਵੇਂ ਬਣ ਸਕਦਾ ਹੈ, ਅਤੇ ਨੋਨ ਵੈਜੀਟੇਰੀਅਨ ਦੇ ਵਿੱਚ ਚਿਕਨ ਮਲਾਈ ਸੈਂਡਵਿਚ ਅਤੇ ਦੂਸਰਾ ਪੈਨ ਸੀਅਰਡ ਚਿਕਨ ਸੈਂਡਵਿਚ। ਅਤੇ ਆ ਜਾਓ ਦੋਸਤੋ, ਆਪਾਂ ਚੱਲਦੇ ਹਾਂ ਮੇਰੀ ਕਿਚਨ ਵੱਲ। ਐਂਡ ਲੈਟਸ ਸੀ, ਵੀ ਵਿਲ ਮੇਕ ਗਾਰਲਿਕ ਮੇਅਨੀਜ਼ ਫੋਰ ਦਾ ਡਰੈਸਿੰਗ ਆਫ ਦਾ ਸੈਂਡਵਿਚ। ਆਪਾਂ ਇਹਦੇ ਵਿੱਚ ਥੋੜ੍ਹੀ ਜਿਹੀ ਮੇਅਨੀਜ਼ ਅਤੇ ਉਸ ਤੋਂ ਬਾਅਦ ਇਹਦੇ ਵਿੱਚ ਪਏਗਾ ਪੀਸੀ ਹੋਈ ਕਾਲੀ ਮਿਰਚ ਅਤੇ ਇਹਦੇ ਵਿੱਚ ਆਪਾਂ ਪਾਵਾਂਗੇ ਬਾਰੀਕ ਕੱਟਿਆ ਹੋਇਆ ਲਸਣ। ਐਂਡ ਨਾਓ ਆਈ ਵਿਲ ਮਿਕਸ ਇਟ ਵੈਲ ਵਿਦ ਅ ਸਪੂਨ। ਹੁਣ ਆਪਾਂ ਚੀਜ਼ ਕੌਰਨ ਸੈਂਡਵਿਚ ਦੀ ਫਿਲਿੰਗ ਬਣਾਉਣ ਜਾ ਰਹੇ ਹਾਂ। ਚੀਜ਼ ਕੌਰਨ ਸੈਂਡਵਿਚ ਦੀ ਫਿਲਿੰਗ ਦੇ ਲਈ ਆਪਾਂ ਨੂੰ ਚਾਹੀਦੇ ਹੋਏਗਾ ਕੱਦੂਕਸ ਕੀਤਾ ਹੋਇਆ ਪਨੀਰ, ਸਵੀਟ ਕੌਰਨ ਅਤੇ ਦੁੱਧ ਦੇ ਉੱਤੇ ਵਾਲੀ ਮਲਾਈ। ਮਲਾਈ ਆਪਾਂ ਸਿਰਫ ਇਹਦੇ ਵਿੱਚ ਅੱਧਾ ਜਾਂ ਇੱਕ ਚਮਚ ਪਾਣੀ ਹੈ ਅਤੇ ਹੁਣ ਆਪਾਂ ਇਹਨੂੰ ਮਿਕਸ ਕਰ ਦਿੰਦੇ ਹਾਂ। ਫਿਲਿੰਗ ਲਗਭਗ ਤਿਆਰ ਹੈ, ਬਸ ਇਹਨੂੰ ਸੀਜ਼ਨਿੰਗ ਦੀ ਜ਼ਰੂਰਤ ਹੈ ਅਤੇ ਸੀਜ਼ਨਿੰਗ ਵਾਸਤੇ ਆਪਾਂ ਨਮਕ ਸਵਾਦ ਅਨੁਸਾਰ ਥੋੜ੍ਹੀ ਜਿਹੀ ਕਾਲੀ ਮਿਰਚ ਹੁਣ ਆਪਾਂ ਸੈਂਡਵਿਚ ਬ੍ਰੈਡ ਦੇ ਉੱਤੇ, ਬਰਾਊਨ ਬ੍ਰੈਡ ਦੇ ਉੱਤੇ ਗਾਰਲਿਕ ਮੇਓ ਲਾਵਾਂਗੇ ਫੋਰ ਦ ਬੈਟਰ ਟੇਸਟ ਆਫ ਦਾ ਸੈਂਡਵਿਚ। ਵਿਲ ਪੁੱਟ ਦ ਗਾਰਲਿਕ ਮੇਓ ਓਨ ਦ ਬੋਥ ਬ੍ਰੈਡਸ ਐਸ ਇਟ ਵਿਲ ਗਿਵ ਅ ਵੈਰੀ ਗੁੱਡ ਟੇਸਟ ਟੂ ਦਾ ਸੈਂਡਵਿਚ। ਨਾਓ ਵੀ ਵਿਲ ਪੁੱਟ ਅਪ ਚੀਜ਼ ਕੌਰਨ ਫਿਲਿੰਗ ਇਨ ਦਾ ਸੈਂਡਵਿਚ ਓਨ ਵਨ ਬ੍ਰੈਡ, ਓਨ ਦਾ ਵਨ ਸਾਈਡ ਆਫ ਬ੍ਰੈਡ। Make sure to fill all the gaps, otherwise it won't taste good at some ends of the sandwich. Dusri side de utte aapa ek laavange ek cheese slice, eh tuhanu easy day ya fir kise hor supermarket ya kise shop to mil jayegi। ਅਤੇ ਆਪਾਂ ਹੁਣ ਇਹਨੂੰ ਕਰ ਦਾਂਗੇ ਬੰਦ। ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਮੇਰਾ ਟੋਸਟਰ ਆਲਰੇਡੀ ਪ੍ਰੀ ਹੀਟ ਹੋ ਚੁੱਕਿਆ ਹੈ। ਐਂਡ ਨਾਓ ਆਈ ਪਲੇਸ ਦਾ ਸੈਂਡਵਿਚ ਇਨ ਦਾ ਟੋਸਟਰ ਐਂਡ ਸੀ ਦਾ ਚੀਜ਼ ਕੌਰਨ ਸੈਂਡਵਿਚ ਇਜ਼ ਕੰਪਲੀਟਲੀ ਰੈਡੀ। ਨਾਓ ਆਈ ਵਿਲ ਕੱਟ ਇਟ ਇਨ ਟੂ ਪੀਸਿਸ। ਬੀ ਕੇਅਰਫੁਲ ਵਾਇਲ ਕਟਿੰਗ ਐਜ਼ ਇਟ ਕੈਨ ਇਟ ਵਿਲ ਬੀ ਹੋਟ ਐਂਡ ਯੂ ਕੈਨ ਸੀ ਦਾ filling filling is amazing. Now serve the sandwich with a little bit of ketchup and your cheese corn sandwich is completely ready to eat.